ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਅਤੇ ਇਸ ਕਰਕੇ ਲੋਕਾਂ 'ਚ ਪੂਰੀ ਦਹਿਸ਼ਤ ਪਾਈ ਜਾ ਰਹੀ ਹੈ। ਅੱਜ ਦਿਨ ਇੱਥੇ ਲੁਟੇਰਿਆਂ ਵੱਲੋਂ ਕਿਸੇ ਨਾਲ ਲੁੱਟਮਾਰ ਕੀਤੀ ਜਾ ਰਹੀ ਹੈ ਅਤੇ ਸੱਟਾਂ ਮਾਰੀਆਂ ਜਾ ਰਹੀਆਂ ਹਨ। ਇਸੇ ਲੜੀ ਦੇ ਤਹਿਤ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਤਾਰਾਗੜ੍ਹ ਜੋ ਕਿ ਜੰਡਿਆਲਾ ਗੁਰੂ ਵਿਖੇ ਮੋਬਾਈਲ ਰਿਪੇਅਰ ਦੀ ਦੁਕਾਨ ਕਰਦਾ ਹੈ, ਉਹ ਬੀਤੀ ਕਰੀਬ ਰਾਤ 10 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੇ ਪਿੰਡ ਤਾਰਾਗੜ੍ਹ ਜਾ ਰਿਹਾ ਸੀ ਕਿ ਰਸਤੇ 'ਚ ਨਹਿਰ ਲੱਗ ਗਏ। ਉਸਨੂੰ ਕੁਛ ਅਣਪਛਾਤੇ ਵਿਅਕਤੀਆਂ ਵੱਲੋਂ ਸੱਟ ਮਾਰ ਕੇ ਘਾਇਲ ਕਰ ਦਿੱਤਾ ਅਤੇ ਬੇਹੋਸ਼ ਕਰਕੇ ਉਸ ਕੋਲੋਂ ਮੋਬਾਈਲ, ਪਰਸ, ਏਟੀਐਮ ਕਾਰਡ ਅਤੇ ਨਕਦੀ ਲੈ ਕੇ ਫਰਾਰ ਹੋ ਗਏ। ਉੱਧਰ ਰਣਜੀਤ ਸਿੰਘ ਨੂੰ ਇੱਥੇ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਜਿੱਥੇ ਉਹਦੀ ਹਾਲਤ ਖਤਰੇ ਤੋਂ ਬਾਹਰ ਹੈ। ਉੱਧਰ ਮੌਕੇ 'ਤੇ ਪਹੁੰਚੇ ਚੌਂਕੀ ਇੰਚਾਰਜ ਲਖਵੀਰ ਸਿੰਘ ਨੇ ਅਣਪਛਾਤਿਆਂ ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਯਾਰ ਮੈਂ ਕੱਲ੍ਹ ਨਾ ਰਾਤੀ ਜਾ ਰਿਹਾ ਬੈਡਰੂਮ ਅਤੇ ਅਚਾਨਕ ਮੈਨੂੰ ਲੱਗਾ ਵੀ ਅਗਲੇ ਬੰਦੇ ਨਾ ਮੋਟਰਸਾਈਕਲ ਵਾਲਾ ਕੋਈ ਬੰਦਾ ਮੈਨੂੰ ਪਿੱਛਾ ਕਰ ਰਿਹਾ। ਉਹ ਪਹਿਲਾਂ ਮੈਨੂੰ ਉਹਨੇ ਕ੍ਰੋਸ ਕੀਤਾ ਅਤੇ ਫਿਰ ਰੁਕ ਗਿਆ ਅੱਗੇ ਜਾ ਕੇ ਪਿੰਡ ਵਾਲੇ ਰਾਹ 'ਤੇ। ਮੈਨੂੰ ਖਤਰਾ ਇਹ ਲੱਗਾ ਤਾਂ ਮੈਂ ਵਾਪਸ ਮੋੜ ਲਿਆ ਸਕੂਟਰ ਆਪਣਾ। ਜਦੋਂ ਮੈਂ ਵਾਪਸ ਮੋੜਿਆ ਉਹਨੇ ਭਜਾ ਲਿਆ ਮਗਰ ਮੇਰੇ। ਉਹਨੇ ਮੈਨੂੰ ਇੱਥੇ ਪ੍ਰਿੰਸੀਪਲ ਦੀ ਮੋਟਰ ਆ ਨਾ ਇੱਥੇ ਆਣ ਕੇ ਉਹਨੇ ਮੈਨੂੰ ਉਹ ਹੈਗਾ ਸੀ ਮਾਸ ਜਿਹਾ ਸੀ ਕੋਈ ਉਹ ਮਾਰਿਆ ਉਹਨੇ ਮੈਨੂੰ ਇੱਥੇ ਆਣ ਕੇ ਸੁੱਟਤਾ। ਪੈਸੇ ਹੈਗੇ ਮੇਰੇ ਕੋਲ 4-5 ਹਜ਼ਾਰ ਰੁਪਈਆ ਸੀ, ਪਰਸ ਸੀ, ਮੋਬਾਈਲ ਸੀ, ਸਾਰਾ ਕੁਝ ਲੈ ਗਿਆ। ਇਹ ਸ਼ੋਪ ਤੋਂ ਤੁਰੇ ਆ 10 ਵਜੇ 10:30 ਦੇ ਵਿਚਕਾਰ ਵਿਚਕਾਰ ਪੈਟਰੋਲ ਪੰਪ ਦੇ ਲਾਗੇ ਸਰਵਿਸ ਸਟੇਸ਼ਨ ਆ, ਉਹਦੇ ਲਾਗੇ ਦੋ ਆਏ ਆ ਬੰਦੇ ਮੋਟਰਸਾਈਕਲ 'ਤੇ, ਉਹਨਾਂ ਨੇ ਪਿੱਛੇ ਕੁਛ ਮਾਰਿਆ ਵਾ ਅਤੇ ਸਕੂਟਰ ਸਾਈਡ 'ਤੇ ਜਾ ਡਿੱਗ ਗਿਆ ਵਾ ਅਤੇ ਇਹ ਵੀ ਡਿੱਗ ਗਿਆ, ਫਿਰ ਮੋਬਾਈਲ, ਪਰਸ ਵਗੈਰਾ ਸਭ ਕੁਛ ਖੋ ਕੇ ਲੈ ਗਿਆ। 5-6 ਹਜ਼ਾਰ ਰੁਪਇਆ ਸੀ, ਏਟੀਐਮ ਸੀ, ਲਾਇਸੈਂਸ ਵਗੈਰਾ ਸਾਰੇ ਪਰੂਫ ਪਰਸ ਵਿੱਚ ਸੀ, ਆਧਾਰ ਕਾਰਡ ਵੀ। ਅਸੀਂ ਮੰਗ ਕਰਦੇ ਕਿ ਇਹਨਾਂ ਨੂੰ ਕੋਈ ਸਜ਼ਾ ਦਿੱਤੀ ਜਾਵੇ ਫੜ ਕੇ। ਮੈਨੂੰ ਕੋਈ ਦਰਖਾਸਤ ਨਹੀਂ ਅਜੇ ਤੱਕ ਆਈ, ਮੈਂ ਆਪਣੇ ਤੌਰ 'ਤੇ ਮੈਨੂੰ ਪਤਾ ਲੱਗਾ ਸੀ ਅਤੇ ਮੈਂ ਉਮੀਦ ਹੋਸਪਿਟਲ ਗਿਆ ਹਾਂ। ਉੱਥੇ ਇੱਕ ਬੰਦਾ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਕੌਮ ਕੰਬੋ ਤਾਰਾਗੜ੍ਹ ਤਲਾਵਾਂ ਦਾ ਜਿਹਦੇ ਸੱਟ ਲੱਗੀ ਸਿਰ 'ਚ, ਹਾਲੇ ਉਹ ਅਨਕੌਂਸੀ ਸੀ, ਹਾਲੇ ਕੋਈ ਮੈਨੂੰ ਕੋਈ ਪੂਰੀ ਜਾਣਕਾਰੀ ਨਹੀਂ ਮਿਲੀ। ਫਿਰ ਵੀ ਉਹਨੇ ਜਿਹੜੀ ਸਾਡੀ ਕਾਰਵਾਈ ਜਾਰੀ, ਸਾਡੇ ਨਾਕੇ 'ਤੇ ਰਾਤ ਨੂੰ ਨਾਕੇ ਗਸਤ ਸਾਡੇ ਚੱਲਦੇ ਰਹਿੰਦੇ ਆ, ਨਾਕੇ ਗਸਤ 24 ਘੰਟੇ। ਕੀ ਕਾਰਵਾਈ ਕਰੋਗੇ? ਜੋ ਵੀ ਦੇਣਗੇ ਦਰਖਾਸਤ, ਦੇਣਗੇ ਦਰਖਾਸਤ ਦੇ ਹਿਸਾਬ ਨਾਲ ਜੋ ਵੀ ਮੇਰੇ ਦੇਣਗੇ। ਉਹਨਾਂ ਦੀ ਲਿਖਤੀ ਕੋਈ ਕੰਪਲੇਂਟ ਮੇਰੇ ਕੋਲ ਅਜੇ ਤੱਕ ਮਸੂਲ ਨਹੀਂ ਹੋਈ, ਜਦੋਂ ਲਿਖਤੀ ਕੰਪਲੇਂਟ ਮਸੂਲ ਹੋਊਗੀ ਫਿਰ ਉਹਦੇ ਹਿਸਾਬ ਨਾਲ ਜੋ ਵੀ ਬਣਦੀ ਕਾਰਵਾਈ ਕਰਾਂਗੇ। ਜਾਤੀ ਲੈਣ ਲਈ ਜੰਡਿਆਲਾ ਗੁਰੂ ਤੋਂ ਸੁਖਚੈਨ ਸਿੰਘ ਦੇ ਨਾਲ ਅਸ਼ਵਨੀ ਸ਼ਰਮਾ ਦੀ ਰਿਪੋਰਟ।